ਕੈਨੇਡਾ ਸਟੱਡੀ ਵੀਜ਼ਾ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਇਹ ਜਾਣਕਾਰੀ ਲੋਕ ਸੁੰਨਾ ਕਿਉਂ ਨਹੀਂ ਚਾਹੁੰਦੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਤੇ ਬਹੁਤ ਸਾਰੇ ਲੋਕ ਇਸ ਗਲਤਫਹਿਮੀ ਦਾ ਸ਼ਿਕਾਰ ਹੋ ਰਹੇ ਆ ਤੇ ਆਪਣੇ ਡਿਸੀਜਨ ਨੂੰ ਬਦਲਦੇ ਆ ਉਹਨਾਂ ਦੇ ਅਕੋਰਡਿੰਗ ਕੈਨੇਡਾ ਸਟੱਡੀ ਵੀਜ਼ਾ ਹੁਣ ਨਹੀਂ ਮਿਲੇਗਾ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦੁਬਾਰਾ ਸਟੂਡੈਂਟ ਨੂੰ ਐਡਮਿਸ਼ਨ ਨਹੀਂ ਦਿੱਤੀ ਜਾਊਗੀ ਕੈਨੇਡਾ ਦੇ ਵਿੱਚ ਪਾਰਟ ਟਾਈਮ ਕੰਮ ਦੀ ਕਮੀ ਹੈ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਹੁਣ ਵਰਕ ਪਰਮਨੈਂਟ ਨਹੀਂ ਮਿਲੂਗਾ ਤੇ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਹੁਣ ਪੀਆਰ ਨਹੀਂ ਦਿੱਤੀ ਜਾਊਗੀ ਹਾਲਾਂਕਿ ਇਹਨਾਂ ਦੇ ਵਿੱਚੋਂ ਕਿਸੇ ਵੀ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੋ ਰੂਲ ਰੈਗੂਲੇਸ਼ਨ ਪਿਛਲੇ ਸਮੇਂ ਦੇ ਵਿੱਚ ਆਈਆਰसीसी ਦੁਬਾਰਾ ਚੇਂਜ ਕੀਤੇ ਗਏ ਆ ਉਹ ਸਾਰੇ ਦੇ ਸਾਰੇ ਰੂਲ ਰੈਗੂਲੇਸ਼ਨ ਇੰਟਰਨੈਸ਼ਨਲ ਸਟੂਡੈਂਟ ਦੇ ਹੱਕ ਦੇ ਵਿੱਚ ਆ ਜਿਹੜੀਆਂ ਪ੍ਰੇਸ਼ਾਨੀਆਂ ਜਿਹੜੀਆਂ ਠੱਗੀਆਂ ਦਾ ਸ਼ਿਕਾਰ ਸਟੂਡੈਂਟ ਹੋ ਰਹੇ ਸੀ ਕਿਤਨਾ ਕਿਤੇ ਗਵਰਨਮੈਂਟ ਉਸ ਚੀਜ਼ ਨੂੰ ਲੈ ਕੇ ਅਵੇਅਰ ਹੋਈ ਆ ਤੇ ਇੱਕ ਇੱਕ ਕਰਕੇ ਜਿੰਨੀਆਂ ਵੀ ਕਮੀਆਂ ਕੈਨੇਡਾ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਸੀਗੀਆਂ ਉਹ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਗਿਆ ਹੁਣ ਜੋ ਲੋਕ ਕੈਨੇਡਾ ਨੂੰ ਲੈ ਕੇ ਫਰਮਾ ਫਲਾ ਰਹੇ ਆ ਵੀ ਕੈਨੇਡਾ ਸਟੱਡੀ ਵੀਜ਼ਾ ਨਹੀਂ ਜਾਣਾ ਚਾਹੀਦਾ ਜਾਂ ਕੈਨੇਡਾ ਸਟੱਡੀ ਵੀਜ਼ਾ ਤੇ ਖਰਚਾ ਹੁਣ ਜ਼ਿਆਦਾ ਹੁੰਦਾ ਅੱਜ ਦੇ ਸਮੇਂ ਦੀ ਵੀ ਗੱਲ ਕਰੀਏ ਚਾਹੇ ਤੁਸੀਂ ਆਸਟ੍ਰੇਲੀਆ ਲੋ ਚਾਹੇ ਤੁਸੀਂ ਯੂਐਸ ਲੋ ਦੋਨਾਂ ਕੰਟਰੀਜ਼ ਦੇ ਮੁਕਾਬਲੇ ਕੈਨੇਡਾ ਸਟੱਡੀ ਵੀਜ਼ਾ ਅੱਜ ਵੀ ਸਸਤਾ ਹੈ ਇੱਕ ਸਾਲ ਦੀ ਫੀਸ ਦੀ ਗੱਲ ਕਰੀਏ 9 ਤੋਂ ਲੈ ਕੇ 11 ਲੱਖ ਦੇ ਕਰੀਬ ਤੱਕ ਸਟੂਡੈਂਟ ਜਿਹੜੇ ਇੱਕ ਸਾਲ ਦੀ ਫੀਸ ਪੇ ਕਰਦੇ ਉਸ ਤੋਂ ਬਾਅਦ 파ਟੋਂ ਦਾ ਜੀਆਈਸੀ ਦਾ ਜੀਆਈਸੀ 13 ਲੱਖ ਦੇ ਕਰੀਬ ਸਟੂਡੈਂਟ ਪੇ ਕਰਦਾ ਬਟ ਜੀਆਈਸੀ ਇੱਕ ਸਟੂਡੈਂਟ ਦਾ ਹੀ ਪੈਸਾ ਉਸਦੇ ਅਕਾਊਂਟ ਦੇ ਵਿੱਚ ਹੀ ਉਹ ਪੈਸਾ ਜਾਣਾ ਤੇ ਸਹੀ 11 ਮਹੀਨਿਆਂ ਦੇ ਵਿੱਚ ਉਹ ਸਾਰੇ ਦਾ ਸਾਰਾ ਪੈਸਾ ਉਸ ਨੂੰ ਵਾਪਸ ਮਿਲ ਜਾਣਾ ਜਿਹਦੀ ਪਹਿਲੀ ਇਨਸਟਾਲਮੈਂਟ ਹੀ ਜਿਹੜੀ 3 ਤੋਂ ਲੈ ਕੇ 4 ਲੱਖ ਦੇ ਕਰੀਬ ਹੁੰਦੀ ਆ ਡਿਪੈਂਡ ਕਰਦਾ ਕਿਹੜੇ ਬੈਂਕ ਦੇ ਵਿੱਚ ਤੁਸੀਂ ਆਪਣਾ ਜੀਆਈਸੀ ਅਕਾਊਂਟ ਓਪਨ ਕਰਵਾਉਨੇ ਸੋ ਅਗਰ ਦੇਖਿਆ ਜਾਵੇ ਕੈਨੇਡਾ ਸਟੱਡੀ ਵੀਜ਼ਾ ਦਾ ਸਿਰਫ ਔਰ ਸਿਰਫ ਖਰਚਾ ਜਿਹੜਾ ਉਹ 1 ਸਾਲ ਦੀ ਫੀਸ ਹੀ ਹੈ ਤੇ ਬਹੁਤ ਸਾਰੇ ਪ੍ਰੋਵਿੰਸ ਇਦਾਂ ਦੇ ਆ ਜਿੱਥੇ ਤੁਸੀਂ 1 ਇਅਰ ਦੀ ਸਟੱਡੀ ਕਰ ਸਕਦੇ ਹੋ ਨਹੀਂ ਤਾਂ 2 ਇਅਰ ਦੀ ਸਟੱਡੀ ਕਰਕੇ ਥ੍ਰੀਅਰ ਦਾ ਵਰਕ ਪਰਮਿਟ ਲੈ ਕੇ ਤੁਸੀਂ ਪੀਆਰ ਦੇ ਲਈ ਆਪਣੀ ਐਲੀਜੀਬਿਲਟੀ ਬਣਾ ਸਕਦੇ ਹੋ ਹੁਣ ਡਿਪਲੋਮਾ ਪ੍ਰੋਗਰਾਮ ਦੇ ਲਈ ਅਗਰ ਬੱਚਾ ਜਾਊਗਾ ਪਹਿਲੇ ਸਾਲ ਦੀ 10 ਲੱਖ ਰੁਪਏ ਫੀਸ ਪੇ ਕਰਦਾ ਨੈਕਸਟ ਈਅਰ ਦੀ ਵੀ 10 ਲੱਖ ਰੁਪਏ ਫੀਸ ਪੇ ਕਰਦਾ 20 ਲੱਖ ਦੇ ਵਿੱਚ ਸਟੂਡੈਂਟ ਆਪਣੀ ਸਟੱਡੀ ਕੰਪਲੀਟ ਕਰ ਸਕਦਾ ਹੁਣ ਇਹੀ ਯੂਕੇ ਦੀ ਗੱਲ ਕਰੀਏ ਇਹੀ ਯੂਐਸ ਦੀ ਗੱਲ ਕਰੀਏ ਇਹੀ ਆਸਟ੍ਰੇਲੀਆ ਦੀ ਗੱਲ ਕਰੀਏ ਮਿਨਿਮਮ 3 ਟੂ 4 ਈਅਰ ਦੀ ਡਿਗਰੀ ਸਟੂਡੈਂਟ ਲੈ ਕੇ ਜਾਂਦੇ ਆ ਤੇ 12 ਤੋਂ ਲੈ ਕੇ 15 ਲੱਖ ਰੁਪਏ ਸਿਰਫ ਇੱਕ ਸਾਲ ਦੀ ਹੀ ਫੀਸ ਹੁੰਦੀ ਹੈ ਤੇ ਬਾਕੀ ਅਗਲੇ 3 ਸਾਲਾਂ ਦੀ ਸੋ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਅਫਵਾਹਾਂ ਦੇ ਵਿੱਚ ਨਾ ਆਓ ਗਲਤਫਹਿਮੀ ਦਾ ਸ਼ਿਕਾਰ ਨਾ ਹੋਵੋ ਪੂਰੀ ਸਹੀ ਇਨਫੋਰਮੇਸ਼ਨ ਲਓ ਉਸ ਤੋਂ ਬਾਅਦ ਡਿਸਾਈਡ ਕਰੋ ਵੀ ਤੁਹਾਨੂੰ ਕੈਨੇਡਾ ਸਟੱਡੀ ਵੀਜ਼ਾ ਤੇ ਜਾਣਾ ਚਾਹੀਦਾ ਜਾਂ ਨਹੀਂ ਧੰਨਵਾਦ